ਦੋਸਤੋ ਸਿਆਸਤ ਹੋਵੇ ਜਾਂ ਕ੍ਰਿਕਟ ਹੋਵੇ ਜਦੋਂ ਹਾਰ ਹੁੰਦੀ ਹੈ ਨਾ ਉਦੋਂ ਬਲੀ ਦਾ ਬੱਕਰਾ ਲੱਭਿਆ ਜਾਂਦਾ ਵਾ ਕਿ ਕਿਨੂੰ ਬਣਾਈਏ ਇਹੀ ਹਾਲ ਦੋਸਤੋ ਪਾਕਿਸਤਾਨ ਕ੍ਰਿਕਟ ਟੀਮ ਦੇ ਵਿੱਚ ਹੋਇਆ ਪਾਕਿਸਤਾਨ ਕ੍ਰਿਕਟ ਟੀਮ ਜਿਹੜੀ ਆਸਟ੍ਰੇਲੀਆ ਦੇ ਖਿਲਾਫ ਪਹਿਲਾ ਟੈਸਟ ਮੈਚ ਹਾਰ ਗਈ ਸੀ ਪਾਕਿਸਤਾਨ ਕ੍ਰਿਕਟ ਟੀਮ ਨੂੰ ਆਸਟ੍ਰੇਲੀਆ ਨੇ 360 ਰਨਸ ਹੋਰ ਆਇਆ ਸੀ ਪਾਕਿਸਤਾਨ ਦਾ ਕੋਈ ਵੀ ਬੱਲੇਬਾਜ਼ ਸਹੀ ਤਰ੍ਹਾਂ ਨਹੀਂ ਚੱਲਿਆ ਸੀ ਤੇ ਇਸ ਹਾਰ ਦੀ ਵਜ੍ਹਾ ਤੋਂ ਬਲੀ ਦਾ ਬੱਕਰਾ ਤੇ ਕਿਸੇ ਨੂੰ ਬਣਾਉਣਾ ਹੀ ਸੀ ਉਹ ਬਲੀ ਦਾ ਬੱਕਰਾ ਪਾਕਿਸਤਾਨ ਕ੍ਰਿਕਟ ਟੀਮ ਨੂੰ ਲੱਭਿਆ ਸਫਰਾਜ਼ احمد ਉਹੀ ਸਫਰਾਜ਼ احمد ਜਿਹੜੇ ਕਿ 3 ਸਾਲ ਬਾਅਦ ਪਾਕਿਸਤਾਨ ਕ੍ਰਿਕਟ ਟੀਮ ਦੇ ਵਿੱਚ ਵਾਪਸ ਆਏ ਸੀ ਸਿਰਫ ਉਹਨਾਂ ਨੇ ਪਹਿਲਾ ਟੈਸਟ ਮੈਚ ਖੇលਿਆ ਸੀ ਇਸ ਪਹਿਲੇ ਟੈਸਟ ਮੈਚ ਦੇ ਵਿੱਚ ਹੀ ਉਹਨਾਂ ਦੀ ਪਰਫਾਰਮੈਂਸ ਕੋਈ ਸਹੀ ਨਹੀਂ ਸੀ ਉਹਨਾਂ ਨੂੰ ਬਲੀ ਦਾ ਬੱਕਰਾ ਬਣਾ ਦਿੱਤਾ ਗਿਆ ਵਾ ਇਸ ਹਾਰ ਦੀ ਵਜ੍ਹਾ ਤੋਂ ਕਿਉਂਕਿ ਬਲੀ ਦਾ ਬੱਕਰਾ ਤੇ ਲਾਜ਼ਮੀ ਚਾਹੀਦਾ ਸੀ ਲੇਕਿਨ ਦੋਸਤੋ ਮੇਰਾ ਇੱਕ ਸਵਾਲ ਆ ਕਿ ਪਾਕਿਸਤਾਨ ਕ੍ਰਿਕਟ ਟੀਮ ਦਾ ਕੋਈ ਵੀ ਬੈਟਸਮੈਨ ਪਹਿਲੇ ਟੈਸਟ ਮੈਚ ਦੇ ਵਿੱਚ ਸਹੀ ਨਹੀਂ ਚੱਲਿਆ ਸੀ ਤੇ ਬਲੀ ਦਾ ਬੱਕਰਾ ਤੇ ਕਿਸੇ ਨੂੰ ਹੀ ਬਣਾਇਆ ਜਾ ਸਕਦਾ ਸੀ ਲੇਕਿਨ ਦੋਸਤੋ ਸਰਫਰਾਜ਼ احمد ਜਿਹੜਾ ਕਿ 3 ਸਾਲ ਤੱਕ ਪਾਕਿਸਤਾਨ ਕ੍ਰਿਕਟ ਟੀਮ ਦੇ ਵਿੱਚ ਨਹੀਂ ਸ਼ਾਮਲ ਹੋ ਪਾਇਆ ਲੇਕਿਨ ਡੋਮੈਸਟਿਕ ਕ੍ਰਿਕਟ ਦੇ ਵਿੱਚ ਉਹ ਖੇਡਦਾ ਰਿਹਾ ਡੋਮੈਸਟਿਕ ਕ੍ਰਿਕਟ ਦੇ ਵਿੱਚ ਉਹਦੀ ਉਮਦਾ ਪਰਫਾਰਮੈਂਸ ਸੀ ਜਿਹਦੀ ਵਜ੍ਹਾ ਤੋਂ ਸਰਫਰਾਜ਼ احمد ਨੂੰ ਪਹਿਲੇ ਟੈਸਟ ਮੈਚ ਦੇ ਵਿੱਚ ਖਿਲਾਇਆ ਗਿਆ ਲੇਕਿਨ ਸਿਰਫ ਇੱਕ ਮੌਕਾ ਅਗਰ ਸਰਫਰਾਜ਼ احمد ਉਸ ਟੈਸਟ ਮੈਚ ਦੇ ਵਿੱਚ ਸਹੀ ਪਰਫਾਰਮ ਕਰ ਦੇ ਉਹਨੂੰ ਦੂਸਰੇ ਟੈਸਟ ਮੈਚ ਦੇ ਵਿੱਚ ਜਗ੍ਹਾ ਦਿੱਤੀ ਜਾਣੀ ਸੀ ਲੇਕਿਨ ਦੋਸਤੋ ਸਿਰਫ ਇੱਕ ਮੌਕਾ ਨਹੀਂ ਦੇਣਾ ਚਾਹੀਦਾ ਸੀ ਸਰਫਰਾਜ਼ ਅਹਿਮਦ ਨੂੰ ਕਿਉਂਕਿ ਪਾਕਿਸਤਾਨ ਕ੍ਰਿਕਟ ਟੀਮ ਦਾ ਉਹ ਸੀਨੀਅਰ ਪਲੇਅਰ ਆ ਸਰਫਰਾਜ਼ ਅਹਿਮਦ ਦੀ 36 ਸਾਲ ਇਸ ਵਕਤ ਉਮਰ ਆ ਇਹਨੇ ਸੀਨੀਅਰ ਪਲੇਅਰ ਨੂੰ ਸਿਰਫ ਇੱਕ ਮੌਕਾ ਕਿਉਂਕਿ ਸਰਫਰਾਜ਼ ਅਹਿਮਦ ਜਿਹੜੇ ਕਿ 3 ਸਾਲ ਬਾਅਦ ਪਾਕਿਸਤਾਨ ਕ੍ਰਿਕਟ ਟੀਮ ਦੇ ਵਿੱਚ ਆਏ ਸੀ ਉਹਨੂੰ ਤਕਰੀਬਨ ਇਹ ਟੈਸਟ ਸੀਰੀਜ਼ ਤੇ ਲਾਜ਼ਮੀ ਖਲਮਾਉਣੀ ਚਾਹੀਦੀ ਸੀ ਕਿਉਂਕਿ ਪਾਕਿਸਤਾਨ ਕ੍ਰਿਕਟ ਬੋਰਡ ਦੇ ਉੱਤੇ ਵੀ ਸਰਫਰਾਜ਼ ਅਹਿਮਦ ਦੇ ਫੈਨਸ ਦੀ ਵਜ੍ਹਾ ਤੋਂ ਕਾਫੀ ਦਬਾਅ ਸੀ ਕਿ ਸਰਫਰਾਜ਼ ਐਮਨ ਨੂੰ ਜਗਾਣੀ ਟੈਸਟ ਮੈਚ ਦੇ ਵਿੱਚ ਦਿੱਤੀ ਜਾ ਰਹੀ ਸਰਫਰਾਜ਼ ਐਮਨ ਨੂੰ ਪਾਕਿਸਤਾਨ ਕ੍ਰਿਕਟ ਟੀਮ ਤੋਂ ਦੂਰ ਰੱਖਿਆ ਜਾ ਰਿਹਾ ਵਾ ਲੇਕਿਨ ਸਰਫਰਾਜ਼ ਐਮਨ ਨੂੰ ਟੈਸਟ ਸੀਰੀਜ਼ ਕੰਪਲੀਟ ਕਰਵਾਉਣੀ ਚਾਹੀਦੀ ਸੀ ਕਿਉਂਕਿ ਪਹਿਲੇ ਟੈਸਟ ਮੈਚ ਦੇ ਵਿੱਚ ਤਾਂ ਚਲੋ ਫਲਾਪ ਹੋ ਗਿਆ ਲੇਕਿਨ ਸ਼ਾਇਦ ਉਹ ਦੂਸਰੇ ਟੈਸਟ ਮੈਚ ਦੇ ਵਿੱਚ ਪਰਫਾਰਮ ਕਰਦਾ ਜਾਂ ਤੀਸਰੇ 'ਚ ਕਰ ਜਾਂਦਾ ਲੇਕਿਨ ਕਿਉਂਕਿ ਪਾਕਿਸਤਾਨ ਕ੍ਰਿਕਟ ਟੀਮ ਦੇ ਉੱਤੇ ਦਬਾਅ ਹੋ ਸੀ ਸਰਫਰਾਜ਼ ਅਹਿਮਦ ਅਗਰ ਦੂਸਰੇ ਤੀਸਰੇ ਟੈਸਟ ਮੈਚ ਦੇ ਵਿੱਚ ਵੀ ਅਗਰ ਨਹੀਂ ਚੱਲਦੇ ਤੇ ਸਰਫਰਾਜ਼ ਅਹਿਮਦ ਦੇ ਜਿਹੜੇ ਫੈਨ ਸੀ ਚਲੋ ਉਹ ਤਾਂ ਚੁੱਪ ਕਰਕੇ ਬ ਸਰਫਰਾਜ਼ ਅਹਿਮਦ ਨੂੰ ਟੀਮ ਤੋਂ ਡਰਾਪ ਕਰ ਦਿੱਤਾ ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਸ਼ਾਨ ਮਸੂਦ ਨੇ ਸਰਫਰਾਜ਼ ਅਹਿਮਦ ਦੇ ਬਾਰੇ ਇਹ ਕਿਹਾ ਵਾ ਕਿ ਅਸੀਂ ਦੂਸਰੇ ਟੈਸਟ ਮੈਚ ਦੇ ਵਿੱਚ ਸਰਫਰਾਜ਼ ਅਹਿਮਦ ਨੂੰ ਬਾਹਰ ਬਿਠਾਇਆ ਵਾ ਲੇਕਿਨ ਅਸੀਂ ਡਰਾਪ ਨਹੀਂ ਕੀਤਾ ਇਹਨੂੰ ਤੁਸੀਂ ਡਰਾਪ ਦਾ ਲਫ਼ਜ਼ ਨਾ ਕਹੋ ਲੇਕਿਨ ਦੋਸਤੋ ਮੈਂ ਤੇ ਤੁਹਾਨੂੰ ਇਹੀ ਕਹੂੰਗਾ ਕਿ ਕੰਨ ਨੂੰ ਇਧਰੋਂ ਪਕੜ ਕੇ ਮਰੋੜੋ ਜਾਂ ਦੂਸਰੇ ਪਾਸੋਂ ਪਕੜ ਕੇ ਮਰੋੜੋ ਕੰਨ ਦੇ ਵਿੱਚ ਦਰਦ ਹੋਏਗਾ ਸਰਫਰਾਜ਼ ਅਹਿਮਦ ਦੇ ਨਾਲ ਯਾਰ ਇਹ ਸਹੀ ਤੇ ਨਹੀਂ ਹੋਇਆ ਲੇਕਿਨ ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਸ਼ਾਨ ਮਸੂਦ ਨੂੰ ਸਰਫਰਾਜ਼ ਅਹਿਮਦ ਨੂੰ ਡਰਾਪ ਨਹੀਂ ਕਰਵਾਉ ਅਗਰ ਉਹ ਨਹੀਂ ਖਲੋਣਾ ਸੀ ਤੇ ਉਹਨੂੰ ਸਿੱਧੀ ਤਰ੍ਹਾਂ ਕਹਿੰਦੇ ਕਿ ਯਾਰ ਅਸੀਂ ਪਹਿਲੇ ਟੈਸਟ ਮੈਚ ਦੇ ਵਿੱਚ ਤੂੰ ਪਰਫਾਰਮ ਕੀਤਾ ਤੇ ਠੀਕ ਆ ਤੈਨੂੰ ਖਿਲਾਵਾਂਗੇ ਅੱਗੇ ਮਜ਼ੀਦ ਨਹੀਂ ਤੇ ਯਾਰ ਤੂੰ ਟੀਮ ਤੋਂ ਬਾਹਰ ਹੀ ਬਈ ਸਰਫਰਾਜ਼ ਅਹਿਮਦ ਯਾਰ ਤਕਰੀਬਨ 36 ਸਾਲ ਉਹਦੀ ਉਮਰ ਆ ਪਾਕਿਸਤਾਨ ਕ੍ਰਿਕਟ ਟੀਮ ਦੀ ਅਗਰ ਉਹਨੇ ਕਪਤਾਨੀ ਵੀ ਕੀਤੀ ਆ ਮੁਹੰਮਦ ਹਫੀਜ਼ ਸਾਹਿਬ ਜਿਹੜੇ ਕਿ ਪਾਕਿਸਤਾਨ ਕ੍ਰਿਕਟ ਟੀਮ ਦੇ ਮੈਂਟੋਰ ਆ ਮੁਹੰਮਦ ਹਫੀਜ਼ ਵੀ ਸਰਫਰਾਜ਼ ਅਹਿਮਦ ਦੀ ਕਿਆਦਤ ਦੇ ਵਿੱਚ ਖੇਡਦੇ ਰਹੇ ਆ ਲੇਕਿਨ ਯਾਰ ਸਰਫਰਾਜ਼ ਅਹਿਮਦ ਨੂੰ ਸਿਰਫ ਇੱਕ ਮੌਕਾ 36 ਸਾਲ ਯਾਰ ਉਸ ਬੰਦੇ ਦੀ ਉਮਰ ਆ ਅਗਰ 36 ਸਾਲ ਦੇ ਪਲੇਅਰ ਨੂੰ ਅਗਰ ਤੁਸੀਂ ਡਰਾਪ ਕਰ ਦੋਗੇ ਮੈਚ ਦੇ ਵਿੱਚੋਂ ਤੇ ਕੀ ਉਹਦਾ ਕੈਰੀਅਰ ਤੇ ਖਤਮ ਹੋ ਗਿਆ ਨਾ ਉਹਦਾ ਕੈਰੀਅਰ ਤੇ ਥੈਂਕ ਯੂ ਸੋ ਮਚ ਹੋ ਗਿਆ ਕੀ ਹੁਣ ਓ ਟਾਟਾ ਬਾਏ ਬਾਏ ਦੋਸਤ ਸਰਫਰਾਜ਼ ਅਹਿਮਦ ਨੂੰ ਤੇ ਪਾਕਿਸਤਾਨ ਕ੍ਰਿਕਟ ਟੀਮ ਦੇ ਦੂਸਰੇ ਟੈਸਟ ਮੈਚ ਦੇ ਵਿੱਚ ਨਹੀਂ ਖਿਲਾਇਆ ਗਿਆ ਲੇਕਿਨ ਸਰਫਰਾਜ਼ ਅਹਿਮਦ ਦੀ ਜਗ੍ਹਾ ਮੁਹੰਮਦ ਰਜ਼ਵਾਨ ਨੂੰ ਦੂਸਰੇ ਟੈਸਟ ਮੈਚ ਦੇ ਵਿੱਚ ਜਗ੍ਹਾ ਦਿੱਤੀ ਗਈ ਆ ਲੇਕਿਨ ਸਰਫਰਾਜ਼ ਅਹਿਮਦ ਦਾ ਐਕਸਪੀਰੀਅੰਸ ਵੀ ਕਾਫੀ ਜ਼ਿਆਦਾ ਸੀ ਸਰਫਰਾਜ਼ ਅਹਿਮਦ ਨੇ 51 ਟੈਸਟ ਮੈਚ ਖੇਲੇ ਸੀ ਲੇਕਿਨ ਮੁਹੰਮਦ ਰズਵਾਨ ਨੇ 27 ਟੈਸਟ ਮੈਚ ਖੇਲੇ ਆ ਲੇਕਿਨ ਮੁਹੰਮਦ ਰズਵਾਨ ਜਿਹੜੇ ਆ ਉਹਨਾਂ ਨੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਤੇ ਇੰਗਲੈਂਡ ਦੇ ਖਿਲਾਫ ਉਹਨਾਂ ਦੀ ਪਰਫਾਰਮੈਂਸ ਸਹੀ ਸੀ ਇੱਕ ਇਹੀ ਵਜ੍ਹਾ ਸੀ ਕਿ ਮੁਹੰਮਦ ਰズਵਾਨ ਨੂੰ ਟੀਮ ਦੇ ਵਿੱਚ ਦੁਬਾਰਾ ਫੇਰ ਜਗ੍ਹਾ ਦਿੱਤੀ ਗਈ ਆ ਲੇਕਿਨ ਦੋਸਤੋ ਸਰਫਰਾਜ਼ ਅਹਿਮਦ ਤੇ ਮੁਹੰਮਦ ਰズਵਾਨ ਕੀ ਇਕੱਠੇ ਨਹੀਂ ਖੇਲ ਸਕਦੇ ਕੀ ਉਹਨਾਂ ਨੂੰ ਜਗ੍ਹਾ ਇਕੱਠਿਆਂ ਨੂੰ ਨਹੀਂ ਮਿਲ ਸਕਦੀ ਦੋਵਾਂ ਨੂੰ ਇੱਕ ਵਾਰ ਬੈਏਗਾ ਫੇਰ ਹੀ ਦੂਜੇ ਨੂੰ ਜਗ੍ਹਾ ਮਿਲੇਗੀ ਯਾਰ ਇਸ ਤਰ੍ਹਾਂ ਨਹੀਂ ਹੋਣਾ ਚਾਹੀ ਤੇ ਇਹ ਮਾਮਲ ਹਾਕੇ ਨੂੰ ਬਿਠਾ ਦੋ ਉਹਨਾਂ ਦੀ ਕਿਹੜੀ ਕੋਈ ਖਾਸ ਪਰਫਾਰਮੈਂਸ ਹੈ ਇਸ ਮੈਚ ਦੇ ਵਿੱਚ ਅਗਰ ਪਾਕਿਸਤਾਨ ਕ੍ਰਿਕਟ ਟੀਮ ਦੀ ਕੋਈ ਸਹੀ ਪਰਫਾਰਮੈਂਸ ਪਹਿਲੇ ਟੈਸਟ ਮੈਚ ਦੇ ਵਿੱਚ ਹੁੰਦੀ ਪਾਕਿਸਤਾਨ ਦਾ ਕੋਈ ਬੱਲੇਬਾਦ ਸਹੀ ਤਰ੍ਹਾਂ ਚੱਲਿਆ ਹੁੰਦਾ ਤੇ ਪਾਕਿਸਤਾਨ ਕ੍ਰਿਕਟ ਟੀਮ 360 ਸਕੋਰਾਂ ਤੋਂ ਹਾਰ ਨਹੀਂ ਸੀ ਇੰਨੇ ਲੰਬੇ ਮਾਰਜਿਨ ਤੋਂ ਪਾਕਿਸਤਾਨ ਕ੍ਰਿਕਟ ਟੀਮ ਪਹਿਲੇ ਟੈਸਟ ਮੈਚ ਦੇ ਵਿੱਚ ਹਾਰੀ ਆ ਲੇਕਿਨ ਦੋਸਤੋਨ ਸਵਾਲ ਇਹ ਪੈਦਾ ਹੁੰਦਾ ਕਿ ਜਿਹੜਾ ਦੂਸਰਾ ਟੈਸਟ ਮੈਚ ਪਾਕਿਸਤਾਨ ਕ੍ਰਿਕਟ ਟੀਮ ਨੇ ਖੇਲਣਾ ਵਾ ਅਗਰ ਉਹ ਪਾਕਿਸਤਾਨ ਕ੍ਰਿਕਟ ਟੀਮ ਹਾਰ ਗਈ ਤੇ ਬਲੀ ਦਾ ਬੱਕਰਾ ਕਿ ਬਲੀਦ ਬਕਰ ਅਗਰ ਬਣਾਉਣਾ ਹੀ ਹੈ ਤਾਂ ਚਲੋ ਇਮਾਮੁਲਾਕ ਨੂੰ ਬਣਾ ਦਿਓ ਕਿਉਂਕਿ ਸਾਹਮਣੇ ਨਜ਼ਰ ਤੇ ਉਹਦੀ ਪਰਫਾਰਮੈਂਸ ਆ ਹੀ ਰਹੀ ਹੈ ਲੇਕਿਨ ਦੋਸਤੋ ਓਵਰ ਆਲ ਦੇਖਿਆ ਜਾਵੇ ਤੇ ਯਾਰ ਪਾਕਿਸਤਾਨ ਕ੍ਰਿਕਟ ਟੀਮ ਦੇ ਜਿਹੜੇ ਕੈਪਟਨ ਆ ਸ਼ਾਨ ਮਸਹੂਦ ਉਹਨਾਂ ਦੀ ਵੀ ਕੋਈ ਪਰਫਾਰਮੈਂਸ ਸਹੀ ਨਹੀਂ ਆ ਅਬਦੁੱਲਾ ਸ਼ਫੀਕ ਆ ਜਿਹੜੇ ਉਹਨਾਂ ਦੀ ਵੀ ਪਰਫਾਰਮੈਂਸ ਕੋਈ ਸਹੀ ਨਹੀਂ ਆ ਲੇਕਿਨ ਦੋਸਤੋ ਅਗਰ ਤੇ ਪਾਕਿਸਤਾਨ ਕ੍ਰਿਕਟ ਟੀਮ ਇਹ ਦੂਸਰਾ ਟੈਸਟ ਮੈਚ ਹਾਰ ਗਈ ਫੇਰ ਤੇ ਪੱਕਾ ਹੋ ਜਾਣਾ ਕਿ ਪਾਕਿਸਤਾਨ ਕ੍ਰਿਕਟ ਟੀਮ ਇਹ ਟੈਸਟ ਸੀਰੀਜ਼ ਹਾਰ ਕੇ ਆਏਗੀ ਕਿਉਂਕਿ ਪਾਕਿਸਤਾਨ ਕ੍ਰਿਕਟ ਟੀਮ ਅਜ ਤੱਕ ਆਸਟ੍ਰੇਲੀਆ ਦੀ ਸਰਜ਼ਮੀਨ ਦੇ ਉੱਤੇ ਕੋਈ ਟੈਸਟ ਸੀਰੀਜ਼ ਜਿੱਤ ਨਹੀਂ ਸਕੀ। ਲੇਕਿਨ ਦੋਸਤੋ ਅਗਰ ਪਾਕਿਸਤਾਨ ਕ੍ਰਿਕਟ ਟੀਮ ਆਸਟ੍ਰੇਲੀਆ ਦੇ ਖਿਲਾਫ ਇਹ ਦੂਸਰਾ ਟੈਸਟ ਮੈਚ ਲੋ ਜਿੱਤੀ ਜਾਵੇ ਅਗਰ ਤੇ ਪਾਕਿਸਤਾਨ ਕ੍ਰਿਕਟ ਟੀਮ 24 ਸਾਲਾਂ ਆਪਣਾ ਰਿਕਾਰਡ ਤੋੜ ਦੇਗੀ। ਕਿਉਂਕਿ 1996 ਦੇ ਵਿੱਚ ਵਸੀਮ ਅਕਰਮ ਦੀ ਕਿਆਦਤ ਦੇ ਵਿੱਚ ਪਾਕਿਸਤਾਨ ਕ੍ਰਿਕਟ ਟੀਮ ਨੇ ਆਪਣਾ ਆਖਰੀ ਟੈਸਟ ਮੈਚ ਜਿੱਤਿਆ ਸੀ। ਉਸ ਤੋਂ ਬਾਅਦ ਚੋਂ ਪਾਕਿਸਤਾਨ ਕ੍ਰਿਕਟ ਟੀਮ ਆਸਟ੍ਰੇਲੀਆ ਦੇ ਵਿੱਚ ਕੋਈ ਵੀ ਟੈਸਟ ਮੈਚ ਨਹੀਂ ਜਿੱਤ ਸਕੀ। ਲੇਕਿਨ ਦੋਸਤੋ ਮੇ ਜਿਹੜਾ ਕਿ 36 ਸਾਲਾਂ ਦਾ ਐਕਸਪੀਰੀਅੰਸ ਰੱਖਣ ਵਾਲਾ ਪ੍ਰੇਅਰ ਆ ਪਾਕਿਸਤਾਨ ਕ੍ਰਿਕਟ ਟੀਮ ਦਾ ਸਾਬਕਾ ਕਪਤਾਨ ਵੀ ਰਿਹਾ ਵਾ 3 ਸਾਲ ਤੱਕ ਪਾਕਿਸਤਾਨ ਕ੍ਰਿਕਟ ਟੀਮ ਤੋਂ ਬਾਹਰ ਰਿਹਾ ਵਾ ਲੇਕਿਨ ਡੋਮੈਸਟਿਕ ਕ੍ਰਿਕਟ ਉਹ ਖੇਡਦਾ ਰਿਹਾ ਵਾ ਡੋਮੈਸਟਿਕ ਦੇ ਵਿੱਚ ਉਹਦੀ ਪਰਫਾਰਮੈਂਸ ਠੀਕ ਸੀ ਲੇਕਿਨ ਸਿਰਫ ਇੱਕ ਟੈਸਟ ਮੈਚ ਖਿਲਾ ਕੇ ਉਹਨੂੰ ਟੀਮ ਤੋਂ ਬਾਹਰ ਕਰ ਦੇਣਾ ਕੀ ਇਹ ਪਾਕਿਸਤਾਨ ਕ੍ਰਿਕਟ ਟੀਮ ਦਾ ਫੈਸਲਾ ਸਹੀ ਆ ਜਾਂ ਨਹੀਂ ਤੁਸੀਂ ਇਸ ਬਾਰੇ ਕੀ ਕਹਿੰਦੇ ਆ